ਪਠਾਨਕੋਟ ਦਾ ਮੁੰਡੇ 10th ਕਲਾਸ ਦਾ ਫਿਰ ਵੀ ਤੂੰ ਅਟੈਂਡ ਨਹੀਂ ਕੀਤਾ ਤੇ ਸ਼ਰਮ ਵਾਲੀ ਕਿਹੜੀ ਗੱਲ ਆਵਾਜ਼ ਕਰੀ ਜਦੋਂ ਮੈਂ 10ਵੀਂ ਸੀਗਾ ਤਾਂ ਮੇਰੇ ਕੋਲ 100 ਰੁਪਇਆ ਨਹੀਂ ਸੀਗਾ ਆਪਣੇ ਮੀਨਸ ਕਲਾਸ ਵਾਲਿਆਂ ਨੂੰ ਦੇਣ ਲਈ ਕਿ ਮੈਂ ਫੇਅਰਵੈਲ ਅਟੈਂਡ ਕਰ ਸਕਾਂ ਉਸ ਵੇਲੇ ਸਰ ਮੈਂ ਸਕੂਲ ਦੇ ਬਾਹਰ ਬਾਰਿਸ਼ ਦੇ ਵਿੱਚ ਖੜਾ ਹੋ ਕੇ ਰੋ ਰਿਹਾ ਸੀਗਾ ਮੀਨਸ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਆਪਣੇ ਫੇਅਰਵੈਲ ਨਹੀਂ ਅਟੈਂਡ ਕਰਤਾ ਉਹਨਾਂ ਲੋਕਾਂ ਦੀ ਬਦਕਿਸਮਤੀ ਕਿ ਉਹ ਤੇਰੀ ਕੰਪਨੀ ਨਹੀਂ ਹਾਸਿਲ ਕਰ ਸਕੇ ਜਿਹੜੇ ਯਾਰ ਦੋਸਤ ਦੇ ਨਾਲ ਉਹ 10 ਸਾਲ ਤੱਕ ਪੜ੍ਹੇ ਨੇ ਅਗਰ ਤੇਰੇ ਯਾਰ ਦੋਸਤ ਇੰਨੇ ਵੀ ਨਹੀਂ ਤੇਰੇ ਨਾਲ ਕੰਮ ਕਰ ਸਕਦੇ ਤੇਰੀ ਕਲਾਸ 'ਚ 50-40 ਬੱਚੇ ਤੇ ਹੋਣਗੇ ਨਾ ਸਾਰੇ ਅਗਰ 3-3 ਰੁਪਏ ਪਾ ਕੇ ਮੋਹਿਤ ਨੂੰ ਆਪਣੇ ਨਾਲ ਨਹੀਂ ਬਿਠਾ ਸਕਦੇ ਦੈਨ ਦੇ ਆਰ ਨਾਟ ਵਰਥ ਇਟ ਮੈਂ ਨਹੀਂ ਸਮਝਦਾ ਕਿ ਐਸੇ ਕਲਾਸਮੇਟਸ ਦੇ ਨਾਲ ਨਾ ਹੋ ਕੇ ਤੈਨੂੰ ਰੋਣ ਦੀ ਲੋੜ ਹੈਗੀ ਹੈ ਉਹ ਬਟਨ ਪਾਉਂਦੇ ਅਸੀਂ ਇਹ ਸਭ ਨਹੀਂ ਸੋਚਦੇ ਅੱਜ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਸੋ ਕਾਲਡ ਯਾਰ ਦੋਸਤ ਨੇ ਉਹਨਾਂ ਨੂੰ ਟੀ ਵੀ 'ਤੇ ਸ਼ਾਇਦ ਅਗਰ ਤੈਨੂੰ ਕੋਈ ਦੇਖ ਰਿਹਾ ਤਾਂ ਉਹਨਾਂ ਨੂੰ ਕਹਿ ਦੇ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਇਸ ਗੱਲ ਦੀ ਕਿ ਮੈਂ ਤੁਹਾਡੇ ਵਰਗੇ ਮੁੰਡਿਆਂ ਦੇ ਤੇ ਕੁੜੀਆਂ ਦੇ ਨਾਲ ਨਹੀਂ ਬੈਠਿਆ ਸੀ ਉਸ ਦਿਨ ਕਲਾਸ 'ਚ ਤਰਨ ਸਰ ਜੀ ਦੇ ਸਮਝਾਉਣ ਤੋਂ ਬਾਅਦ ਅੱਜ ਤੋਂ ਬਾਅਦ ਮੈਨੂੰ ਕਦੇ ਵੀ ਉਸ ਗੱਲ ਲਈ ਸ਼ਰਮ ਨਹੀਂ ਆਏਗੀ ਕਿ ਮੈਂ ਉਹ ਦਿਨ ਤਾਂ ਡਰ ਗਏ ਬੰਦਿਆਂ ਨਾਲ ਗੁਜ਼ਾਰਿਆ ਨਹੀਂ ਬੈਠੇ ਤੇਰੀ ਕੀਮਤ 100 ਰੁਪਏ ਤੋਂ ਕਈ ਜ਼ਿਆਦਾ ਦੋਸਤ ਪਾਪੂਲਰ ਬਣਨਾ ਚਾਹੁੰਦਾ ਤੂੰ ਲਾਈਫ ਬਿਲਕੁਲ ਸਰ ਮੈਂ ਆਪਣੇ ਸਰ ਮਾਡਲਿੰਗ ਲਈ ਵੀ ਸਰ ਆਪਣਾ ਬੋਡੀ ਸਟਰਕਚਰ ਪੂਰਾ ਤਿਆਰ ਕਰ ਲਿਆ 8-pack ਐਸ ਫੁੱਲ 8-pack ਐਸ ਫੁੱਲ ਫਿਰ ਐਕਟਿੰਗ ਵੀ ਕਰਨਾ ਚਾਹੁੰਦੇ ਇਸ ਤੋਂ ਬਾਅਦ ਸਭ ਕੁਝ ਕਰਨਾ ਚਾਹੁੰਦਾ ਸਰ ਸਭ ਤੋਂ ਪਹਿਲਾਂ ਅੱਜ ਮੈਂ ਸਰ ਲੀਡਰ ਬਣਨ ਲਈ ਇੱਥੇ ਆਇਆ ਤਾਂ ਮੈਂ ਲੀਡਰ ਬਣਨਾ ਚਾਹੁੰਦਾ ਸਰ ਸੀਜ਼ਨ 2 ਦਾ ਉਹਦੇ ਲਈ ਮੈਂ ਕੁਛ ਵੀ ਕਰਾਂਗਾ ਤੁਸੀਂ ਜੋ ਕਹੋਗੇ ਸਰ ਬਸ ਮੈਨੂੰ ਲੀਡਰ ਬਣਨਾ ਪੈਣਾ ਤੇ ਸਾਨੂੰ ਆਪਣੀ ਬਾਡੀ ਦਿਖਾ Thank you so much, boys.